ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਧੰਤਨ ਮਹਾਂਪੁਰਖ ਬੱਬਾ ਨਾਨਕ ਸਿੰਘ ਹੋਂਦੇ ਦੇ ਜੀਵਨ ਦਰਸ਼ਨਾਂ ਦੇ ਵਿੱਚੋਂ ਉਹਨਾਂ ਦੀਆਂ ਵਿਚਿੱਤਰ ਜੋ ਘਟਨਾਵਾਂ ਹੋਈਆਂ ਹੈ ਉਹਨਾਂ ਦੀ ਕੁਝ-ਕੁਝ ਝਲਕ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜਿੰਨੇ ਵੀ ਮਹਾਂਪੁਰਖ ਹੁੰਦੇ ਨੇ ਇਸ ਸੰਸਾਰ ਦੇ ਵਿੱਚ ਆਉਂਦੇ ਆ ਉਹ ਆਪ ਨਹੀਂ ਬੋਲਦੇ ਉਹਨਾਂ ਦੀ ਕਮਾਈ ਬੋਲਦੀ ਆ ਜਿੰਨੀ ਕਮਾਈ ਭਾਰੀ ਹੋਵੇ ਉਨੇ ਹੀ ਬੋਲ ਭਾਰੇ ਹੁੰਦੇ ਆ ਸੋ ਬਬਨਾਂ ਸੋਹਣੀ ਆਪ ਪੂਰੇ ਸੀ ਉਹਨਾਂ ਦੇ ਕਮਾਈ ਵੀ ਪੂਰੀ ਤੇ ਉਹਨਾਂ ਦੇ ਬੋਲ ਵੀ ਪੂਰੇ ਆ ਉਹਨਾਂ ਦੇ ਬੋਲ ਤਾਂ ਸਰਬ ਵਿਆਪਕ ਹੋਇਆ ਬਬਨਾਂ ਸੋ ਉਹਨਾਂ ਦੇ ਅਗਰ ਜੀਵਨ ਦਰਸ਼ਨਾਂ ਦੇ ਵਿੱਚੋਂ ਅਸੀਂ ਉਹਨਾਂ ਦੇ ਜੀਵਨ ਦਰਸ਼ਨਾਂ ਦੀ ਅਗਰ ਥੋੜੀ ਕੁ ਝਲਕ ਦੇਖਦੇ ਆ ਨਾ ਤਾਂ ਹਰੇਕ ਆਦਮੀ 당ਗ ਰਹਿ ਜਾਂਦਾ ਕਿਉਂਕਿ ਜਿਹੜੀ ਗੁਰਬਾਣੀ ਦੇ ਵਿੱਚ ਮਹਾਪੁਰਖਾਂ ਦੀ ਜੋ ਸਾਨੂੰ ਪਰਵਾਹਾਸ਼ਾ ਦੱਸੀ ਗਈ ਆ ਉਹ ਪਰਵਾਸਾ ਜਿਹੜੇ ਬਾਬਾ ਨਾਨਸੂ ਹੁਣਾਂ ਦੇ ਉੱਤੇ ਪੂਰੀ ਉਤਰਦੀ ਐ ਐਸੇ ਸਾਧੂ ਸੀ ਬਾਬਾ ਨਾਨਸੂ ਹੁਣੇ ਇੱਕ ਵਾਰ ਕੀ ਹੋਇਆ ਕਿ ਮਹਾਂਪੁਰਖ ਬਰਸਾਤ ਦੇ ਦਿਨਾਂ ਦੇ ਵਿੱਚ ਇੱਕ ਨਗਰ ਦੇ ਵਿੱਚ ਦੀਵਾਨ ਲੱਗਾ ਸੀ ਉੱਥੇ ਗਏ ਸੀ ਉੱਥੇ ਜਦੋਂ ਕੀਰਤਨੀ ਸੰਗਾਂ ਨੇ ਕੀਰਤਨ ਕੀਤਾ ਸੀ ਨਾ ਤੇ ਉਸ ਟਾਈਮ ਕਿਉਂਕਿ ਬਰਸਾਤ ਦੇ ਦਿਨਾਂ ਸਿਗੇ ਤੇ ਡੱਡੂ ਤੇ ਆਲੇ ਦੁਆਲੇ ਜਿਹੜੇ ਬਿਹੀੇ ਸੀ ਉਹ ਰੌਲਾ ਬੜਾ ਪਾ ਰਹੇ ਸੀ ਸੋ ਉਹਨਾਂ ਦੀ ਜਿਹੜੀ ਡੱਡੂਆਂ ਦੀ ਗੜੈਂਗੜੈਂ ਤੇ ਬਬੀਹਾਂ ਦੀ ਜਿਹੜੀ ਪੀਂ ਪੀਂ ਜਿਹੜੀ ਸੀ ਉਹ ਸੰਗਤ ਨੂੰ ਡਿਸਟਰਬ ਕਰ ਰਹੀ ਸੀ ਤੇ ਬੱਬਾ ਨੰਸੂ ਹੁਣੇ ਦੀ ਜਦੋਂ ਸਮਾ ਆਇਆ ਤੇ ਰਾਗੀਆਂ ਨੇ ਜਦ ਕੀਰਤਨ ਜਿਹੜਾ ਸਗਾ ਉਹ ਸ਼ਬਦ ਪੂਰਾ ਪੜ ਦਿੱਤਾ ਤਾਂ ਬੱਬਾ ਨੰਸੂ ਹੁਣੇ ਜਦ ਬਚਨ ਕਰਨ ਲੱਗੇ ਤੇ ਜਦ ਧਿਆਨਦਕੀ ਦੇਖਿਆ ਕਿ ਜਿਹੜੇ ਡੱਡੂ ਤੇ ਬਬੀਹੇ ਉੱਚੀ ਉੱਚੀ ਬੋਲ ਰਹੇ ਆ ਜਦ ਇੰਨੀ ਗੱਲ ਹੋਈ ਤਾਂ ਬੱਬਾ ਨੰਸੂ ਹੁਣਾਂ ਨੇ ਉਸੇ ਟਾਈਮ ਬੜੀ ਉੱਚੀ ਸੁਰਜ ਵਿੱਚ ਡੱਡੂਆਂ ਤੇ ਬਬੀਹਾਂ ਨੂੰ ਕਹਿਤਾ ਕਹਿੰਦੇ ਭਾਈ ਹੁਣ ਤੁਸੀਂ ਚੁੱਪ ਕਰੋ ਸਾਨੂੰ ਬਚਨ ਕਰਨ ਦਿਓ ਗੁਰੂ ਧੰਗੁਰ ਨਾਨਕ ਸਾਹਿਬ ਮਹਾਰਾਜ ਦੇ ਲੋ ਐਨੀ ਗੱਲ ਕਹਿਣ ਦੀ ਡੇਰ ਸੀ ਹਨਾ ਉਹ ਡੱਡੂ ਤੇ ਬਬੀਹੇ ਇੱਕਦਮ ਸ਼ਾਂਤ ਹੋ ਗਏ ਬਿਲਕੁਲ ਸਨੱਠਾ ਸ਼ਾ ਗਿਆ ਜਿੰਨੀਆਂ ਵੀ ਹਜ਼ਾਰਾਂ ਸੰਗਤਾਂ ਬੈਠੀਆਂ ਸੀ ਉਸ ਧਵਾਨ ਚ ਤੋਂ ਸਭ ਦੰਗਰ ਰਹਿ ਗਈਆਂ ਉਹਨਾਂ ਦੇ ਵਿੱਚ ਇੱਕ ਸੱਜਣ ਬੈਠੇ ਸੀਗੇ ਤੇ ਜਿਨ੍ਹਾਂ ਦਾ ਨਾਂ ਸੀਗਾ ਰਾਮਦਾਤਾ ਉਹ ਬਿਜੋਰਾ ਸੀ ਉਹ ਹਰਾਨ ਹੋ ਗਿਆ ਵੀ ਮਹਾਪੁਰਖਾਂ ਦੇ ਇੱਕੀ ਬਚਨ ਦੇ ਜਿੱਥੇ ਉਹ ਬਚਨ ਬੰਦਿਆਂ ਦੇ ਉੱਪਰ ਤਾਂ ਚੱਲਦਾ ਹੈਗਾ ਲੇਕਿਨ ਇਹ ਜਿਹੜੇ ਜਾਨਵਰ ਹੈ ਬਬੀ ਇਹ ਡੱਡੂ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਉਹ ਵੀ ਮਹਾਪੁਰਖਾਂ ਦਾ ਇੱਕੋ ਹੀ ਪੈਗਾਮ ਸੁਣ ਕੇ ਚੁੱਪ ਕਰ ਗਏ ਉਹ ਜਿਹੜੇ ਸੀ ਹਨਾ ਆਰਾਮ ਦਿੱਤਾ ਸੋਹਣੀ ਸੱਜਣ ਉਹ ਜਿਹੜੇ ਸੀ ਮਹਾਪੁਰਖਾਂ ਦੀ ਐਸੀ ਭਾਰੀ ਸ਼ਕਤੀ ਦੇਖ ਕੇ ਬਾਬਾ ਅਨੰਦ ਸੋਹਣਾ ਦਾ ਪ੍ਰਤਾਪ ਦੇਖ ਕੇ 당ਗ ਰਹਿ ਗਿਆ ਸੀ ਸੋ ਉਹ ਵੀ ਸਮਾਂ ਆਇਆ ਜਦੋਂ ਇਹ ਦੀ ਹਨਾ ਲੜਕੀ ਦਾ ਵਿਆਹ ਸੀਗਾ ਜਦ ਲੜਕੀ ਦਾ ਵਿਆਹ ਸੀ ਇਹ ਆ ਬੜਾ ਗਰੀਬ ਸੀ ਪਰ ਹੁਣ ਮਹਾਪੁਰਖਾਂ ਦੀ ਤਾਕਤ ਇਹਨੇ ਜਿਹੜੀ ਸੀ ਉਹ ਦੇਖ ਲਈ ਸੀ ਉਸ ਤੋਂ ਬਾਅਦ ਕੀ ਹੋਇਆ ਕਿ ਜਦ ਬਰਾਤ ਦਾ ਦਿਨ ਆਇਆ ਬੰਦੇ ਨੇ 25 ਘਰ ਤੇ ਸੱਦੇ ਤੇ ਬੰਦਾ ਜਿਹੜਾ ਸੀ 100 ਤੋਂ ਜ਼ਿਆਦਾ ਆ ਗਿਆ ਜਦ ਬੰਦਾ 100 ਤੋਂ ਜ਼ਿਆਦਾ ਆ ਗਿਆ ਤੇ ਇਹ ਜਿਹੜਾ ਸੀ ਬੜਾ ਪਰੇਸ਼ਾਨ ਹੋ ਗਿਆ ਵੀ 20 ਬੰਦਿਆਂ ਦਾ ਮੈਂ ਬੰਦੋਬਸਤ ਕੀਤਾ ਸਾਰਾ ਬਰਾਦ ਦਾ ਲੇਕਿਨ ਬਰਾਦ ਦਾ ਬੰਦਾ 100 ਤੋਂ ਉੱਪਰ ਹੁਣ ਕੀ ਕਰਾਂ ਤੇ ਕੀ ਨਾ ਕਰਾਂ ਫਿਰ ਅਚਨਚੇਤ ਇਹਦੇ ਮਨ ਦੇ ਵਿੱਚ ਉਹ ਘਟਨਾ ਆਈ ਸੀ ਜਦੋਂ ਮਹਾਂਪੁਰਖਾਂ ਦੇ ਹੁਕਮ ਦੇ ਨਾਲ ਬੁਬੀਹੇ ਤੇ ਡੱਡੂ ਜਿਹੜੇ ਸ਼ੋਰ ਕਰਦੇ ਸੀ ਚੁੱਪ ਕਰ ਗਏ ਸੀ ਇਹ ਫਿਰ ਸਿੱਧਾ ਹਨਮ ਬੱਬਾ ਨਾਹਸੋਂ ਦੇ ਦਰਬਾਰ 'ਚ ਆਇਆ ਸੀ ਜਦ ਇਥੇ ਨਾਨਕ ਸਾਹਿਬ ਪਹੁੰਚਿਆ ਸੀਗਾ ਤੇ ਇਹ ਜਿਹੜਾ ਸੀਗਾ ਦਰਬਾਰ 'ਤੇ ਬੈਠਾ ਪਿਛਲੇ ਪਾਸੇ ਬੜਾ ਉੱਚੀ-ਉੱਚੀ ਰੋਣ ਲੱਗ ਪਿਆ ਯਾਦ ਰੋਣ ਲਾ ਪੈਦਰੋ ਬਾਬਾ ਨਾਲ ਸੋਹਣੀ ਬੈਠੇ ਬੈਠੇ ਸਕੇ ਸਾਰੀ ਸੰਗਤ ਹੁਣ ਬਾਬਾ ਜੀ ਨੇ ਜਿਹੜੇ ਸੀ ਜਾਦੇ ਦਾ ਰੋਣਾ ਉੱਚੀ ਉੱਚੀ دیਵਾਨ ਦੇ ਵਿੱਚ ਵੀ ਪਹੁੰਚਿਆ ਬਾਬਾ ਜੀ ਨੇ ਸੰਗਤ ਦੇ ਪ੍ਰੇਮੀਆਂ ਨੂੰ ਪੁੱਛਿਆ ਕਹਿੰਦੇ ਭਾਈ ਆ ਪਿੱਛੇ ਕੌਣ ਰੋਂਦਾ ਹੈ ਕਿਹਦੀ ਆਵਾਜ਼ ਆਉਂਦੀ ਆ ਫੇ ਕੁਝ ਪ੍ਰੇਮੀ ਗਏ ਉਹਨੇ ਕਿਹਾ ਮਾਮਪੁਰਖ ਕੋਈ ਇੱਕ ਸੱਜਣ ਆਇਆ ਉਹ ਰੋ ਰਿਹਾ ਬਾਬਾ ਜੀ ਕਹਿੰਦੇ ਭਾਈ ਇਦਾਂ ਕਰੋ ਉਹਨਾਂ ਨੂੰ ਦਿਵਾਨ ਚ ਬੁਲਾ ਕੇ ਲੈ ਕੇ ਆਓ ਉਹ ਸੱਜਣ ਨੂੰ ਜਲਦ ਦਿਵਾਨ ਦੇ ਵਿੱਚ ਲੈ ਕੇ ਆਂਦਾ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਤੂੰ ਕਾਹਤੇ ਰੋਂਦਾ ਹੈਗਾ ਜਦ ਇੰਨੀ ਗਲ ਹੋਈ ਤਾਂ ਨੀ ਰੋਂਦੇ ਰੋਂਦੇ ਮਾਪੁਰ ਖੰਦਸਾ ਕਿ ਮੈਂ ਗਰੀਬ ਹਾਂ ਮੇਰੀ ਲੜਕੀ ਦਾ ਵਿਆਹ ਹੈਗਾ ਤੇ ਜਿਹੜੀ ਬਰਾਤ ਵਾ ਉਹ ਮੈਂ 25 ਬੰਦਿਆਂ ਦੀ ਕਹੀ ਸੀ ਪਰ ਮੈਨੂੰ ਪਤਾ ਲੱਗਾ ਬਰਾਤ ਤਾਂ ਜਿਹੜੀ 100 ਤੋਂ ਜ਼ਿਆਦਾ ਹੋ ਗਈ ਤੇ ਮੈਂ ਹੁਣ 25 ਤੋਂ ਜ਼ਿਆਦਾ ਬੰਦੋਬਸ ਨਹੀਂ ਕਰ ਸਕਿਆ ਤੇ ਇਦਾਂ ਸੇਵਾ ਮੈਂ ਬਰਾਤ ਦੀ ਕਿਵੇਂ ਕਰਾਂਗਾ ਜਦੋਂ ਨੀ ਦੁਖੜਾ ਰੋਇਆ ਸੀ ਤੇ ਬਾਬਾ ਜੀ ਕਹਿਣ ਲੱਗੇ ਸਭ ਭਾਈ ਚਲੋ ਕੋਈ ਨਹੀਂ ਅਗਰ ਹੁਣ ਬਰਾਤ ਦੇ ਵਿੱਚ 100 ਤੋਂ ਜ਼ਿਆਦਾ ਬੰਦਾ ਆ ਹੀ ਗਿਆ ਤੇ ਹੁਣ ਉਸ ਉਹਨਾਂ ਬੰਦਿਆਂ ਨੂੰ ਅਸੀਂ ਵਾਪਸ ਜਾ ਭੁੱਖੇ ਮੋੜ ਦੇ ਵੀ ਚੰਗੇ ਨਹੀਂ ਲੱਗਦੇ ਕਿਉਂਕਿ ਹੁਣ ਇਹ ਤੇਰੀ ਪੱਤ ਦਾ ਸਵਾਲ ਹੈਗਾ ਉਹ ਕਹਿਣ ਲੱਗਾ ਮਾਹਪੁਰਖ ਉਸੇ ਗੱਲ ਦਾ ਤਾਂ ਮੈਨੂੰ ਰੋਣਾ ਹੈਗਾ ਦੱਸੋ ਮੈਂ ਕੀ ਕਰਾਂ ਬਾਬਾ ਜੀ ਕਹਿਣ ਲੱਗੇ ਚੱਲ ਫੇਰ ਤਾਂ ਕਰ ਆ ਜਿਹੜਾ ਹਨਾ ਮੇਰਾ ਕੱਪੜਾ ਲੈ ਲਾ ਮਾਹਪੁਰਖਾਂ ਨੇ ਉਸ ਟਾਈਮ ਆਪਣਾ ਜਿਹੜਾ ਹਜੂਰੀਆ ਸੀ ਹਨਾ ਇਸ ਆਦਮੀ ਨੂੰ ਦਿੱਤਾ ਸੀ ਜਦੋਂ ਇਹ ਜਿਹੜਾ ਆਰਾਮ ਦਿੱਤਾ ਆਦਮੀ ਸੀਗਾ ਮਾਹਪੁਰਖਾਂ ਦਾ ਹਜੂਰੀਆ ਨੇ ਲਿਆ ਤੇ ਬਾਬਾ ਜੀ ਕਹਿਣ ਲੱਗੇ ਕਿੰਦੇ ਦੇਖ ਭਾਈ ਤੂੰ ਪਾਵਾ ਪੱਤੀ ਹੀ ਬੰਦਿਆਂ ਦਾ ਲੰਗਰ ਤਿਆਰ ਕੀਤਾ ਹੈਗਾ ਤੂੰ ਇਸ ਤਰ੍ਹਾਂ ਗਰੀ ਜਦੋਂ ਬਰਾਤੀਆਂ ਦੀ ਸੇਵਾ ਕਰਨੀ ਇਹ ਹਜੂਰੀਆ ਜਿਹੜਾ ਹੈ ਨਾ ਇਹ ਉਸ ਭੋਜਨ ਦੇ ਉੱਤੇ ਰੱਖ ਦਿਆ ਕਰੀ ਉਹਨੂੰ ਟੱਕ ਦਿਆ ਕਰੀ ਜਿਸ ਨੂੰ ਵੀ ਵਰਤਣਾ ਹੋਇਆ ਤੇ ਇਹ ਕਹਿੰਦਾ ਜੀ ਸਤਿਵਚਨ ਉਸ ਤੋਂ ਬਾਅਦ ਬਾਬਾ ਜੀ ਨੇ ਉਹ ਜਿਹੜਾ ਹਜੂਰੀਆ ਸੀਗਾ ਬਾਬਾ ਜੀ ਨੇ ਦਿੱਤਾ ਇਹ ਜਿਹੜਾ ਸੀ ਆਰਾਮ ਦਿੱਤਾ ਲੈ ਕੇ ਪਿੰਡ ਚਲੇ ਗਿਆ ਜਦ ਬਰਾਤ ਆਈ ਹਨ ਕਿਉਂਕਿ ਇਹਨਾਂ ਨੂੰ ਮਹਾਂਪੁਰਖਾਂ ਦੀ ਸ਼ਕਤੀ ਦਾ ਪ੍ਰਤਾਪ ਦਾ ਪਤਾ ਸੀਗਾ ਇਹਨੇ ਇੱਕ ਕੀਤਾ ਜਾ ਕੇ ਜਿਹੜਾ ਖਾਣਾ ਬਣਾਇਆ ਸੀ 25 ਬਰਾਤਿਆਂ ਦੇ ਉਹਦੇ ਉੱਤੇ ਮਹਾਂਪੁਰਖਾਂ ਦਾ ਦਿੱਤਾ ਕੱਪੜਾ ਜਿਹੜਾ ਸੀਗਾ ਉਹ ਬਿਛਾਤਾ ਜਦ ਬਿਛਾਤਾ ਬੱਸ ਫਿਰ ਕੀ ਸੀਗਾ ਜਦ ਬਰਾਤਿਆਂ ਦੀ ਸੇਵਾ ਦਾ ਸਮਾਂ ਆਇਆ ਤੇ ਉਹਦੇ ਵਿੱਚੋਂ ਚੱਕ ਚੱਕ ਕੇ ਜਦ ਜਿਹੜੀਆਂ ਸਾਰੀਆਂ ਬਸਤਾਂ ਭੋਜਨ ਸਿੰਘਾਂ ਬਰਾਤਿਆਂ ਨੂੰ ਛਕਾਈਆਂ ਗਈਆਂ ਤੇ ਬਰਾਤ ਤਕਰੀਬਨ 2-3 ਦਿਨ ਰਹੀ ਪਰ ਉਹ ਦਿੱਤੇ ਕੱਪੜੇ ਦੇ ਉੱਤੇ ਭੋਜਨ ਜਿਹੜਾ ਸੀ ਸਮਾਪਤ ਨਹੀਂ ਹੋਇਆ ਬਿਲਕੁਲ ਗਰਮਾ-ਗਰਮ ਭੋਜਨ ਜਿਹੜਾ ਸੀਗਾ ਉਹ ਬਰਾਤਿਆਂ ਨੂੰ ਮਿਲਦਾ ਰਿਹਾ ਪੂਰੇ ਟਾਈਮ ਦੇ ਨਾਲ ਤੇ ਉਹ ਜਿਹੜੇ ਬਰਾਤੀ ਅਸੀਂ ਉਹ ਵੀ ਬੜੇ ਹੈਰਾਨ ਹੋਏ ਪਰ ਇਹਨਾਂ ਦੇ ਘਰਦਿਆਂ ਨੂੰ ਬੱਬਾ ਨੰਸੂਹਣਾ ਦੇ ਪ੍ਰਤਾਪ ਦਾ ਪਤਾ ਲੱਗ ਗਿਆ ਕਿ ਭਾਈ ਦੇਖੋ 25 ਬੰਦਿਆਂ ਦੀ ਬਰਾਤ ਦਾ ਜਿਹੜਾ ਬੰਦਵਸਤ ਉਹਨੇ ਕੀਤਾ ਸਗਾ ਕਿਵੇਂ ਤਿੰਨ ਦਿਨ ਬੱਬਾ ਨੰਸੂਹਣਾ ਦੇ ਦਿੱਤੇ ਜਿਹੜਾ ਦਿਸਾਲਾ ਕਪੜਾ ਸਗਾ ਉਹ ਬਸਤਰਾਂ ਉੱਤੇ ਪਾਉਣ ਦੇ ਨਾਲ ਹੀ ਕਿੰਡੀ ਭਾਰੀ ਬਰਕਤ ਹੋ ਗਈ ਤਾਂ ਤਿੰਨ ਦਿਨ ਬਰਾਤ ਜਿਹੜੀ ਸੀ ਉਹਨੇ ਪੂਰੀ ਆਨੰਦ ਦੇ ਨਾਲ ਪੂਰੀ ਮौज ਦੇ ਨਾਲ ਸਾਰਾ ਭੋਜਨ ਛਕਿਆ ਸੀਗਾ ਫਿਰ ਉਸ ਲੜਕੀ ਦਾ ਵਿਆਹ ਜਿਹੜਾ ਸੀਗਾ ਜਦ ਸੰਪੂਰਨ ਹੋਇਆ ਉਸ ਤੋਂ ਬਾਅਦ ਫੇਬਰਾ ਜਿਹੜੀ ਸੀ ਉੱਥੋਂ ਚਲੇ ਗਈ ਫਿਰ ਉਹ ਜਿਹੜਾ ਕੱਪੜਾ ਸੀਗਾ ਨਾ ਫਿਰ ਇਹਨੇ ਚੱਕਿਆ ਸੀਗਾ ਜਦ ਦੇਖਿਆ ਤਾਂ ਕੀ ਗਿਆ 25 ਬਰਾਤੀ ਜਿਹੜਾ ਸੀਗਾ ਜਿਨ੍ਹਾਂ ਦਾ ਭੋਜਨ ਇਹਨੇ ਪਕਾਇਆ ਸੀ ਉਹ ਪਿਆ ਸੀਗਾ ਤੇ ਬਾਕੀ ਭੋਜਨ ਕਿਵੇਂ ਇਹਨਾਂ ਬਰਤਨਾਂ ਦੇ ਵਿੱਚ ਵਰਤਦਾ ਜਾ ਰਿਹਾ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਮਹਾਂਪੁਰਖ ਬਾਬਾ ਨਾਨਕ ਦਾ ਹੀ ਪ੍ਰਤਪਾ ਹੈ ਸੋ ਬਾਬਾ ਨਾਨਕ ਸੁਹਣ ਦਾ ਪ੍ਰਤਾਪ ਦੀਆਂ ਇੱਕ ਨਹੀਂ ਅਨੇਕਾਂ ਘਟਨਾਵਾਂ ਜਿਹੜੀਆਂ ਸਾਨੂੰ ਜੀਵਨ ਦੇ ਵਿੱਚ ਮਿਲਦੀਆਂ ਸੋ ਇੱਕ ਨਾ ਭਾਈ ਬਲਵੰਤ ਸਿੰਘ ਹੋਇਆ ਇਹ ਜਿਹੜੇ ਭਾਈ ਬਲਵੰਤ ਸਿੰਘ ਸੀਗੇ ਨਾ ਇਹ ਜਿਹੜੇ ਸੀਗੇ ਫੌਜ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਭਰਤੀ ਹੋਏ ਸੀ ਤੇ ਜਿਹਨਾਂ ਟਾਈਮਾਂ ਦੇ ਵਿੱਚ ਆਪਣੇ ਸੰਸਾਰ ਦਾ ਦੂਸਰਾ ਵਿਸ਼ਵ ਯੁੱਧ ਚੱਲਿਆ ਸੀਗਾ ਜਦ ਸੰਸਾਰ ਦਾ ਦੂਸਰਾ ਵਿਸ਼ਵ ਯੁੱਧ ਚੱਲਿਆ ਸੀਗਾ ਇਹ ਬਲਵੰਤੋ ਜਿਹੜੇ ਸੀ ਇਹਦੀ ਡਿਊਟੀ ਉਹਨਾਂ ਟਾਈਮਾਂ ਦੇ ਵਿੱਚ ਫੌਜ ਦੀ ਪਲਟਨ ਦੀ ਉਹ ਸਮੇਂ ਇਟਲੀ ਦੇ ਵਿੱਚ ਸੀਗੀ ਸੋ ਭਾਈ ਬਲਵੰਸੂ ਨੇ ਹੁਣੇ ਦੱਸਦੇ ਆ ਕਿ ਮੈਂ 1945 ਦੇ ਵਿੱਚ ਸਾਡੀ ਜਿਹੜਾ ਪਾਲਟੂਨ ਸੀਗੀ ਉਹ ਦੁਸ਼ਮਣਾਂ ਦੇ ਨਾਲ ਘਿਰ ਗਈ ਸੀ ਤੇ ਇਸ ਗੋਲਾਵਾਰੀ ਦੇ ਵਿੱਚ ਸਾਡੀ ਫੌਜ ਦੇ ਬਹੁਤ ਸਾਰੇ ਜਵਾਨ ਮਾਰੇ ਗਏ ਸੀ ਔਰ ਭਾਈ ਬਲਵੰਸੂ ਨੇ ਕਹਿਣ ਲੱਗੇ ਕਿ ਮੈਂ ਦੇਖਿਆ ਕਿ ਮੈਂ ਹੁਣ ਪੂਰੀ ਤਰ੍ਹਾਂ ਜਿਹੜਾ ਘਿਰ ਚੁੱਕਾ ਮੌਤ ਮੇਰੇ ਸਾਹਮਣੇ ਜਿਹੜੀ ਆ ਉਹ ਮੈਨੂੰ ਦਿਖਾਈ ਦੇ ਰਹੀ ਆ ਤੇ ਕਹਿੰਦੇ ਮੈਂ ਤੇ ਮੇਰਾ ਇੱਕ ਸਾਥੀ ਦੌੜ ਕੇ ਇੱਕ ਇਟਲੀ ਦੇ ਅੰਦਰ ਕਹਿੰਦੇ ਛੋਟੀ ਜਿਹੀ ਇੱਕ ਗੁਫਾ ਜਿਹੀ ਸੀਗੀ ਉਹ ਖੱਡੇ ਦੇ ਵਿੱਚ ਕਹਿੰਦੇ ਅਸੀਂ ਦੌੜ ਕੇ ਦੂਰ ਜਾਣੇ ਲੁੱਕ ਗਏ ਜਦ ਕਹਿੰਦੇ ਖੱਡੇ ਚ ਦੌੜ ਕੇ ਜਾਣੇ ਦੂਰ ਨੇ ਲੁਕੇ ਤਾਂ ਸਾਨੂੰ ਕਹਿੰਦੇ ਫਿਰ ਉਸ ਟਾਈਮ ਬਾਬਾ ਸਜਣ ਸਿੰਘ ਹੁਣੇ ਰਾਗੀ ਜਿਹੜੇ ਕੀਰਤਨ ਕਰਦੇ ਹੁੰਦੇ ਸੀ ਉਹਨਾਂ ਦੇ ਬਚਨ ਯਾਦ ਆਏ ਕਉਕੇ ਬਾਬਾ ਸਜਾਣ ਚ ਹੁਣੇ ਕੀਰਤਨ ਕੰਤੋਂ ਪਹਿਲਾਂ ਸੰਗਤ ਦੇ ਵਿੱਚ ਇਹ ਕਹਿੰਦੇ ਹੁੰਦੇ ਸੀਗੇ ਕਿ ਪਾਈ ਅਗਰ ਕਿਸੇ ਦੇ ਉੱਪਰ ਸੰਕਟ ਦੀ ਘੜੀ ਆ ਜਾਵੇ ਤੇ ਉਹ ਜਿਹੜਾ ਸੰਕਟ ਦੇ ਵਿੱਚ ਕਿਰਿਆ ਹੋਇਆ ਸ਼ਖਸ਼ ਹੈਗਾ ਅਗਰ ਉਹ ਦੋਨੇ ਹੱਥ ਉੱਪਰ ਚੱਕ ਕੇ ਬਾਬਾ ਨਾਨਕ ਸੁਹਣ ਦੇ ਚਰਨਾਂ ਦੇ ਵਿੱਚ ਬੇਨਤੀ ਕਰੇ ਸੱਚੇ ਪਾਤਸ਼ਾਹ ਇਹ ਹੁਣ ਅਤ ਦੀ ਸੰਕਟ ਦੀ ਘੜੀ ਆ ਤੇ ਤੁਸੀਂ ਹੀ ਮੈਨੂੰ ਇੱਥੋਂ ਰੱਖ ਸਕਦੇ ਆ ਇਸ ਤਰ੍ਹਾਂ ਬੇਨਤੀ ਕਰੇ ਤੇ ਬਾਬਾ ਨਾਨਕ ਸੁਹਣ ਜਿਹੜੇ ਹੈ ਸ਼ੇਗਰ ਉਹਦੇ ਸਹਾਇਤਾ ਵਾਸਤੇ ਤਤਕਾਲ ਪਹੁੰਚ ਜਾਂਦੇ ਆ ਇਹ ਜਿਹੜੇ ਬਚਨ ਹਨ ਇਹ ਸੰਤ ਸਜਾਨਸੂ ਹੁਣਾਂ ਦੇ ਆ ਜਿਹੜੇ ਕੀਰਤਨ ਕਰਦੇ ਹੁੰਦੇ ਸੀ ਉਹ ਫਿਰ ਭਾਈ ਬਲਵੰਸੂ ਨੇ ਕਹਿਣ ਲੱਗਿਆ ਕਿ ਮੈਨੂੰ ਹੁਣ ਉਹਨਾਂ ਦੇ ਬਚਨ ਯਾਦ ਆ ਗਏ ਉਹਨਾਂ ਟਾਈਪਾਂ ਚ ਜਦ ਕਹਿੰਦੇ ਬਚਨ ਯਾਦ ਆਏ ਤੇ ਕਹਿੰਦੇ ਮੈਂ ਵੀ ਉੱਪਰ ਨੂੰ ਹੱਥ ਘਾਰ ਕੇ ਉਸ ਛਿਪੇ ਖੱਡੇ ਦੇ ਵਿੱਚ ਕਹਿੰਦੇ ਵੀ ਮੈਂ ਬਾਬਾ ਨਾਨਕ ਸੁਣ ਦੇ ਚਰਨਾਚ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਅਸੀਂ ਹੁਣ ਫੌਜ ਦੀ ਇਸ ਲੜਾਈ ਦੇ ਵਿੱਚ ਪੂਰੀ ਤਰ੍ਹਾਂ ਘਿਰ ਗਏ ਆ ਆਪਣੀ ਜਾਨ ਬਚਾਉਣ ਵਾਸਤੇ ਇੱਕ ਜਿਹੜਾ ਅੰਧਿਆਰਾ ਖੱਡਾ ਪਹਾੜੀ ਦਾ ਉਹਦੇ ਵਿੱਚ ਛੁਪ ਗਏ ਆ ਕਈ ਦਿਨ ਹੋ ਗਏ ਸੀ ਭੋਜਨ ਵੀ ਕੋਈ ਨਹੀਂ ਖਾਦਾ ਪਾਣੀ ਵੀ ਨਹੀਂ ਪੀਤਾ ਤੁਸੀਂ ਸਾਡੇ ਤੇ ਕਿਰਪਾ ਕਰੋ ਕਿ ਸਾਨੂੰ ਇਸ ਸੰਕਟ ਦੀ ਘੜੀ ਦੇ ਵਿੱਚੋਂ ਬਾਹਰ ਕੱਢੋ ਉਹ ਫਿਰ ਭਾਈ ਬਲਵੰਤ ਜੀ ਨੂੰ ਕਹਿੰਦੇ ਮੈਂ ਕਹਿੰਦੇ ਇਸ ਤਰ੍ਹਾਂ ਹੱਥ ਖੜਾ ਕਰਕੇ ਬੱਬਨ ਨਸੂਹਣ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਰਿਆਂ ਕਹਿੰਦੇ ਵੀ ਇਸ ਅਰਦਾਸ ਬੇਨਤੀ ਦਾ ਜਿਹੜਾ ਪ੍ਰਵਾਹ ਸੀਗਾ ਕਹਿੰਦੇ ਬੱਬਨ ਨਸੂਹਣ ਦੇ ਚਰਨਾਂ ਵਿੱਚ ਪਹੁੰਚ ਗਿਆ ਕਹਿੰਦੇ ਵੀ ਜਦੋਂ ਬੱਬਨ ਨਸੂਹਣ ਦੇ ਚਰਨਾਂ 'ਚ ਪਹੁੰਚ ਗਿਆ ਤੇ ਅਸੀਂ ਕਹਿੰਦੇ ਲੋਕ ਏ ਛਿਪਕੇ ਬੈਠੇ ਸੀਗੇ ਅਚਨ ਚੇਤ ਇੱਕ ਕ੍ਰਿਸਚੀਅਨ ਔਰ ਜਿਹੜੀ ਬਿਰਦ ਸੀਗੀ ਕਹਿੰਦੇ ਵੀ ਸਾਨੂੰ ਹਨਾ ਉਹਦੀ ਆਵਾਜ਼ ਬਾਹਰ ਸੁਣਾਈ ਦੇਂਦੀ ਕਹਿੰਦੇ ਵੀ ਜਦੋਂ ਉਹਦੀ ਆਵਾਜ਼ ਆਈ ਤੇ ਉਹਨੇ ਸਾਨੂੰ ਆਵਾਜ਼ ਦਿੱਤੀ ਕਹਿੰਦੇ ਸਰਦਾਰ ਜੀ ਬਾਹਰ ਆ ਜਾਓ ਕਹਿੰਦੇ ਅਸੀਂ ਇਹ ਔਰਤ ਦੀ ਆਵਾਜ਼ ਸੁਣ ਕੇ ਭਾਈ ਬਲਵੰਤ ਸੁਣ ਕਹਿੰਦੇ ਅਸੀਂ ਅਸੀਂ 당ਗ ਰਹਿ ਗਏ ਸੀ ਕਿ ਆ ਵੀ ਇਹ ਲੀਡੀ ਦੀ ਆਵਾਜ਼ ਵਾ ਤੇ ਇਹ ਸਾਨੂੰ ਬਾਜਾ ਮਾਰਦੀ ਸਰਦਾਰ ਦੀ ਬਾਹਰ ਆ ਜਾਓ ਤੇ ਇਹ ਕੌਣ ਹੋ ਸਕਦੀ ਆ ਪਹਿਲਾਂ ਤਾਂ ਕਹਿੰਦੇ ਅਸੀਂ ਡਰ ਗਏ ਅਸੀਂ ਨਿਕਲੇ ਨੇ ਪਰ ਫਿਰ ਦੂਸਰੀ ਬਾਰ ਕਹਿੰਦੇ ਵੀ ਉਸੇ ਔਰਤ ਨੇ ਕਹਿੰਦੇ ਫੇਰ ਦੁਬਾਰਾ ਬਾਜ ਮਾਰੀ ਕਿੰਨੇ ਸਰਦਾਰ ਜੀ ਬਾਹਰ ਆ ਜਾਓ ਤੁਸੀਂ ਡਰੋ ਨਾ ਮੈਨੂੰ ਬਾਬਾ ਨਾਨਸੂ ਹੁਣਾਂ ਨੇ ਆਪਦੀ ਸਿਹਤ ਆ ਵਾਸਤੇ ਭੇਜਿਆ ਜਦੋਂ ਕਹਿੰਦੇ ਉਹ ਇਟਲੀ ਦੀ ਔਰਤ ਜਿਹੜੀ 크ਰਿਸਚਨ ਸੀਗੀ ਹਨਾ ਕਹਿੰਦੇ ਵੀ ਜਦੋਂ ਉਹਨੇ ਇਹ ਅੱਖ ਗੱਲ ਆਖੀ ਭਾਈ ਬਲਵੰਤ ਸੋਹਣੇ ਕਹਿੰਦੇ ਕਹਿੰਦੇ ਵੀ ਮੇਰੀਆਂ ਭੂਭਾ ਨਿਕਲ ਗਈਆਂ ਮੈਂ ਕਹਾ ਬਈ ਮੈਂ ਤਾਂ ਇਸ ਖੱਡੇ ਦੇ ਵਿੱਚ ਬਾਬਾ ਨਾਨਸੂ ਦੇ ਚਰਨਾਂ 'ਚ ਵੈਸੀ ਅਰਦਾਸ ਕਰਦਾ ਸੀ ਸੰਤ ਬਾਬਾ ਸਜਾਨ ਸੋਹਣਾ ਦੇ ਬਚਨਾਂ ਦੇ ਉੱਤੇ ਪਰ ਇਹ ਲੇਡੀ ਔਰਤ ਨੇ ਕਿਵੇਂ ਜਾਣ ਲਿਆ ਜੋ ਇੱਥੇ ਦੀ ਬਸਨੀਕ ਇਟਲੀ ਦੀ ਕਿ ਬਾਬਾ ਨਾਲ ਸੋਹਣਾ ਨੇ ਮੈਨੂੰ ਭੇਜਿਆ ਫਿਰ ਕਹਿੰਦੇ ਫਿਰ ਅਸੀਂ ਹਨਾ ਉਸੇ ਤਰ੍ਹਾਂ ਤਤਕਾਲ ਉਸ ਛੁਪੇ ਹੋਈ ਥਾਂ ਤੋਂ ਕਹਿੰਦੇ ਅਸੀਂ ਦੋਨੇ ਜਾਣੀ ਮੈਂ ਤੇ ਮੇਰਾ ਸਾਥੀ ਬਾਹਰ ਆ ਗਏ ਬਾਹਰ ਆ ਕੇ ਕਹਿੰਦੇ ਅਸੀਂ ਕੀ ਦੇਖਿਆ ਕਿ ਉਹ ਜਿਹੜੀ ਲੇਡੀ ਔਰਤ ਹੈ ਨਾ ਖੜੀ ਆ ਤੇ ਉਹਦੇ ਹੱਥ ਦੇ ਵਿੱਚ ਕੱਪੜਾ ਤੇ ਕੱਪੜੇ ਵਿੱਚ ਉਹਨੂੰ ਭੋਜਨ ਮੰਨੇ ਆ ਦੇ ਨਾਲ ਇੱਕ ਕੰਡੇ ਛੋਟਾ ਜਿਹਾ ਬਰਤਨ ਹੈ ਉਹਦੇ ਵਿੱਚੋਂ ਜਲ ਆ ਰਿਹਾ ਸਗਾ ਕੰਦੇ ਵੀ ਅਸੀਂ ਜਦੋਂ ਉਹਦੇ ਕੋਲ ਪਾਸ ਗਏ ਉਹ ਕਹਿੰਦੀ ਵੀ ਪਹਿਲਾਂ ਇਸ ਤਰ੍ਹਾਂ ਕਰੋ ਮੈਨੂੰ ਲੱਗਦਾ ਤੁਸੀਂ ਕਿੰਨੇ ਦਿਨਾਂ ਦੇ ਭੁੱਖੇ ਪਹਿਲਾਂ ਕੰਦੀ ਭੋਜਨ ਛਕੋ ਕੰਦੇ ਵੀ ਅਸੀਂ ਉਹਦੇ ਹੱਥਾਂ ਦਾ ਭੋਜਨ ਛਕਿਆ ਫੇਰ ਕੰਦੇ ਫਿਰ ਅਸੀਂ ਉਸ ਮਾਤਾ ਨੂੰ ਪੁੱਛਿਆ ਕਿ ਮਾਤਾ ਜੀ ਤੁਸੀਂ ਕੌਣ ਆ ਫਿਰ ਨੇ ਦੱਸਿਆ ਕਿ ਮੈਂ ਇਟਲੀ ਦੀ ਬੀਬੀ ਹੈਗੀ ਹਾਂ ਵਿਰਦ ਹੈਗੀ ਹਾਂ ਪਰ ਮੈਂ ਕ੍ਰਿਸਚਨ ਹਾਂ ਮੈਂ ਇਸ ਸਮੇਂ ਸੀ ਲਾਰਡ ਕ੍ਰਾਈਸਸ ਨੂੰ ਕੰਦੀ ਮੰਨਦੀ ਹਾਂ ਪਰ ਕਹਿੰਦੀ ਮੇਰੇ ਮਨ ਦੇ ਵਿੱਚ ਇੱਕ ਤਮੰਨਾ ਜੇ ਮੈਂ ਹਰੇਕ ਆਪੋ ਆਪਣੇ ਧਰਮ ਜੇ ਤਮੰਨਾ ਕਿ ਉਹਦੇ ਇਸ਼ਟ ਦੇ ਉਹਨੂੰ ਦਰਸ਼ਨ ਹੋ ਜੈ ਨੇ ਕਹਿੰਦੀ ਮੇਰੇ ਮਨ ਚ ਤਮੰਨਾ ਸੀ ਕਿ ਮੈਨੂੰ ਇਸ ਸਮਸੀ ਦੇ ਦਰਸ਼ਨ ਹੋਣ ਤੇ ਕਹਿੰਦੀ ਵੀ ਮੈਂ ਜਿਹੜੀ ਸੀ ਉਹ ਰਾਤ ਨੂੰ ਬੈਠੀ ਇਸ ਤਰ੍ਹਾਂ ਪ੍ਰੇਅਰ ਕਰਦੀ ਸੀ ਅਚਨ ਚੇਤ ਬੱਬਨ ਨਸ ਹੁਣੀ ਮੇਰੇ ਸਾਹਮਣੇ ਪ੍ਰਗਟ ਹੋ ਗਏ ਜਦੋਂ ਕਹਿੰਦੇ ਪ੍ਰਗਟ ਹੋਏ ਤੇ ਕਹਿੰਦੀ ਮੈਂ ਹੈਰਾਨ ਹੋ ਗਈ ਮੈਂ ਪੁੱਛਿਆ ਵੀ ਤੁਸੀਂ ਕੌਣ ਆ ਤੇ ਫਿਰ ਕਹਿੰਦੀ ਬੱਬਨ ਨਸ ਹੁਣ ਕਹਿੰਦੇ ਵੀ ਸੰਗਤ ਮੈਨੂੰ ਨੰਸ ਹੁਣ ਕਹਿੰਦੀ ਆ ਤੇ ਸਾਡੇ ਦੋ ਸੇਵ ਜਿਹੜੇ ਇੱਥੇ ਇਟਲੀ ਦੇ ਵਿੱਚ ਫੌਜ ਦੇ ਫੌਜੀ ਜਵਾਨ ਵਾ ਉਹ ਇਸ ਲਈ ਸੰਕਟ ਦੀ ਘੜੀ ਦੇ ਵਿੱਚ ਵਾ ਜੇ ਤੁਸੀਂ ਜਾ ਕੇ ਹਨ ਉਹਨਾਂ ਦੀ ਮਦਦ ਕਰਨੀ ਆ ਇੰਨੇ ਜਦੋਂ ਇਹ ਗੱਲ ਹੋਈ ਤੇ ਉਹ ਫੇਰ ਲੇਡੀ ਕਹਿੰਣ ਲੱਗੀ ਕਿ ਮੈਂ ਹੈਰਾਨ ਹੋ ਗਈ ਮੈਂ ਹਜੇ ਸੋਚ ਹੀ ਰਹੀ ਸੀ ਕਿ ਮੈਂ ਕਿਵੇਂ ਮਦਦ ਕਰ ਸਕਦੀ ਆ ਅਚਨ ਚੇਤ ਕਹਿੰਦੀ ਬਬਨਾਸੂ ਹੁਣਾਂ ਨੇ ਮੈਨੂੰ ਆਪਣਾ ਇਸਮਸੀ ਦਾ ਜੋ ਰੂਪ ਸੀਗਾ ਕਹਿੰਦੀ ਸਾਹਮਣੇ ਜਿਹੜਾ ਸੀ ਉਹ ਦਿਖਾ ਦਿੱਤਾ ਜਦ ਕਹਿੰਦੀ ਮੈਂ ਇਸਮਸੀ ਦਾ ਜਿਹੜਾ ਸੀਗਾ ਉਹ ਰੂਪ ਦੇਖਾ ਕਹਿੰਦੀ ਵੀ ਮੇਰੀਆਂ ਚਾਂਗਾਂ ਨਿਕਲ ਗਈਆਂ ਕਹਿੰਦੀ ਵੀ ਮੈਂ ਜਿਉਂ ਹੀ ਕਹਿੰਦੀ ਦੌੜ ਕੇ ਜਾ ਕੇ ਉਹਨਾਂ ਨੂੰ ਗੱਲ ਪਕੜੀ ਚ ਲੈਣਾ ਚਾਹਿਆ ਤੇ ਕਹਿੰਦੀ ਮੈਂ ਕੀ ਦੇਖਿਆ ਤਾਂ ਫੇਰ ਹੀ ਕਹਿੰਦੀ ਉਹ ਰੂਪ ਫਿਰ ਬਬਾਨਾ ਸੁਹਣਾ ਨੇ ਧਾਰ ਲਿਆ। ਜਦ ਧਾਰ ਲਿਆ ਤੇ ਕਹਿੰਦੀ ਫੇਰ ਮੈਨੂੰ ਸਮਝ ਆ ਗਈ ਵੀ ਅਸਲ ਦੇ ਵਿੱਚ ਸਭ ਵਿੱਚ ਜੋਤ-ਜੋਤ ਹੈ ਸੋ ਇਹ ਤਿਸ ਦੇ ਚਾਨਣ ਸਮ ਵਿੱਚ ਚਾਨਣ ਹੋਏ ਕਿ ਅਸਲ ਦੇ ਵਿੱਚ ਪਰਮੇਸ਼ਰ ਦੀ ਜੋਤ ਹੀ ਸਾਰੇ ਪਾਸੇ ਕੰਮ ਕਰਦੀ ਆ। ਤੇ ਕਹਿੰਦੀ ਮੈਨੂੰ ਪਤਾ ਲੱਗਿਆ ਕਿ ਬਬਾਨਾ ਸੁਹਣੀ ਤੇ ਇਸ ਸਮ ਸੀ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਕੋਈ ਭਿੰਨ ਨਹੀਂ ਆ। ਫਿਰ ਕਹਿੰਦੀ ਵੀ ਜਿਹੜਾ ਟਿਕਾਣਾ ਮੈਨੂੰ ਬਾਬਾ ਨੰਸ ਹੁਣਾਂ ਨੇ ਦੱਸਿਆ ਸੀਗਾ ਨਾ ਕਹਿੰਦੀ ਮੈਂ ਉਸੇ ਟੈਂਪਰਸ਼ਾਹ ਤਿਆਰ ਕੀਤਾ ਜਲ ਲਿਆ ਤੇ ਕਹਿੰਦੀ ਮੈਂ ਆਵਜੀ ਦੇ ਪਾਸ ਪਹੁੰਚ ਗਈ ਆ ਤੇ ਮੈਂ ਤੁਹਾਨੂੰ ਆਵਾਜ਼ ਮਾਰੀ ਆ ਕਿ ਮੈਨੂੰ ਬਾਬਾ ਨੰਸ ਹੁਣਾਂ ਨੇ ਭੇਜਿਆ ਹੈ ਨਾ ਉਸ ਤੋਂ ਬਾਅਦ ਫਿਰ ਪਾਈਬਲ ਬੰਸ ਹੁਣੇ ਦੱਸਦੇ ਸੀਗੇ ਕਹਿੰਦੇ ਫਿਰ ਜਦੋਂ ਅਸੀਂ ਪ੍ਰਸ਼ਾਦ ਛਕਿਆ ਉਸ ਕ੍ਰਿਸਚਨ ਲੇਡੀ ਜਿਹੜੀ ਇਟਲੀ ਦੀ ਬਿਰਧ ਮਾਈ ਸੀ ਇੰਦੇ ਫੇ ਉਹਨੇ ਫੇ ਸਾਨੂੰ ਜਿਹੜਾ ਸਗਾ ਦੱਸਿਆ ਕਿ ਤੁਹਾਨੂੰ ਹੁਣ ਡਰਨ ਦੀ ਲੋੜ ਨਹੀਂ ਹੈਗੀ ਤੇ ਕਿਉਂਕਿ ਮੈਂ ਹੀ ਤੁਹਾਨੂੰ ਜਿਹੜਾ ਤੁਹਾਡੀ ਫੌਜ ਦੀ ਜੂੰਡ ਦੇ ਵਿੱਚ ਬਚਾ ਦੇਾਂਗੇ ਉਸ ਤੋਂ ਬਾਅਦ ਫੇ ਪਾਈ ਬਲਵਾਂਸੂ ਹੋਣੀ ਤੇ ਇਹਨਾਂ ਦੇ ਸਾਥੀ ਨੂੰ ਉਸ ਇਟਲੀ ਦੀ ਬਜ਼ੁਰਗ ਔਰਤ ਨੇ ਜਿਹੜਾ ਸਗਾ ਉਹ ਸਹੀ ਸਲਾਮਤ ਇਹਨਾਂ ਦੀ ਜੂੰਡ ਦੇ ਵਿੱਚ ਪਹੁੰਚਾ ਦਿੱਤਾ ਸੀ ਇਹ ਸਾਰੀ ਕਿਰਪਾ ਬਾਬੇ ਨਾਸੂ ਹਾਂ ਦੇ ਹੋਈ ਸੀ ਸੋ ਪਾਈ ਬਲਵਾਂਸੂ ਨੇ ਦੱਸਦੇ ਸੀਗੇ ਕਿ ਮੈਂ ਫਿਰ ਜਦ ਨਾਨਕ ਸਾਹਿਬ ਆਇਆ ਸੀ ਨਾ ਇੱਥੇ ਇੱਥੇ ਜਦੋਂ ਮੈਂ ਦਰਸ਼ਨ ਕੀਤੇ ਸੀ ਮਰੀਆਂ ਭੂਭਾਂ ਨਿਕਲ ਗਈਆਂ ਸੀ ਮੈਨੂੰ ਸਾਰੀ ਘਟਨਾ ਜਿਹੜੀ ਸੀ ਬਾਬਾ ਨੰਸੋਹਣ ਦੀ ਯਾਦ ਆ ਗਈ ਕਿ ਬਾਬਾ ਨੰਸੋਹਣ ਜਿਹੜੇ ਆ ਉਹ ਆਪ ਤਾਂ ਭਵੇਂ ਸਰੀਰ ਤੋਂ ਰਹਿ ਤਾ ਲੇਕਿਨ ਸਰੀਰ ਤੇ ਨਾ ਹੁੰਦਿਆਂ ਹੋਿਆਂ ਵੀ ਹਮੇਸ਼ਾ ਜਿਹੜੇ ਹੈ ਪੂਰੇ ਵਿਸ਼ ਪੂਰੀ ਦੁਨੀਆ ਪੂਰੇ ਬ੍ਰਹਮੰਡ ਦੇ ਵਿੱਚ ਵਿਚਰਦੇ ਆ ਅੱਜ ਵੀ ਜਦ ਵੀ ਕੋਈ ਵਿਅਕਤੀ ਕਿਸੇ ਤੇ ਭੀੜ ਪੈਂਦੀ ਹੈ ਸੰਕਟ ਆਉਂਦਾ ਜਦ ਬਾਬਾ ਨੰਸੋਹਣਾਂ ਨੂੰ ਆਵਾਜ਼ ਮਾਰਦਾ ਹੈ ਨਾ ਤੇ ਬਾਬਾ ਨੰਸੋਹਣ ਜਿਹੜੇ ਉਹ ਉਸੇ ਟਾਈਮ ਜਿਹੜੇ ਸ਼ੇਗਰ ਉਹਦੀ ਮਦਦ ਵਾਸਤੇ ਪਹੁੰਚ ਜਾਂਦੇ ਆ ਸੋ ਐਸੇ ਆ ਮਹਾਂਪੁਰਖ ਇਸੇ ਕਰਕੇ ਸਾਨੂੰ ਗਰਬਾਣੀ ਨੇ ਆਖਿਆ ਹੈਗਾ ਕਿ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਕਿਉਂਕਿ ਬ੍ਰਹਮ ਗਿਆਨੀ ਜਿਹੜਾ ਹੈ ਨਾ ਸਦੀਬ ਪਰਮੇਸ਼ਰ ਹੈ ਅਕਾਲ ਪੁਰਖ ਹੈ ਹਰ ਹਰ ਜਨ ਦੋਈ ਇੱਕ ਹੈ ਵਿਭ ਵਿਚਾਰ ਕੁਛ ਨਾ ਹੈ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਹੇ ਸੋ ਦਾਸ ਇਨਹੀ ਬਚਨ ਆਪ ਸਾਰੀਆਂ ਸੰਗਤਾਨਾਂਾਂ ਸਾਂਝਾ ਕਰਦਾ ਹੋਇਆ ਖੇਮਾ ਦਾ ਜਾਚਕ ਹੋ ਆ ਜੀ ਹੋਈਆਂ ਬਿਆੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ ਸੋ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ